ਅਕਾਲੀ ਦਲ ਪਾਰਟੀ ਦਾ ਤੁਹਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ, ਤੁਹਾਡਾ ਕੋਈ ਦੋਸ਼ ਨਹੀਂ। ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਸੀ ਉਹਦੇ 'ਚ ਕੰਮ ਕੀਤਾ। ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ, ਇਹਦੇ ਨਾਲ ਭਾਈ ਜੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਊਗੀ, ਥੋੜ੍ਹੀ ਬਹੁਤੀ ਅਗਰ ਸੁਖਬੀਰ ਸਿੰਘ ਬਾਦਲ ਨੂੰ ਵੀ ਆਊਗੀ, ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ। ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 'ਚ ਵੀ ਅਕਾਲੀ ਦਲ ਬਹੁਤ ਥੱਲੇ ਚਲਾ ਗਿਆ, 14 ਸੀਟਾਂ ਰਹਿ ਗਈਆਂ। ਉਦੋਂ ਬਾਅਦ 2019 'ਚ 2 ਰਹਿ ਗਈ MP, ਅਤੇ 2022 'ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਿਵਾਈਵ ਕਰ ਜੇ, 3 ਰਹਿ ਗਈਆਂ। ਅਤੇ ਐਤਕੀ ਮੈਨੂੰ ਲੱਗਦਾ ਆਹ 2024 'ਚ ਇੱਕ ਵੀ ਨਹੀਂ ਆਉਂਦੀ, ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ, ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ। ਇਸੇ ਕਰਕੇ ਜਿੱਤਿਆ ਹੋਇਆ MP ਹੋਵੇ, ਪਾਰਟੀ ਪ੍ਰਧਾਨ ਹੋਵੇ ਅਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ, ਉਹਨੂੰ ਪਤਾ, ਅਤੇ ਬੀਬਾ ਨੂੰ ਵੀ ਪਤਾ। ਇਸੇ ਕਰਕੇ ਡਰਦੀ ਟਿਕਟ ਅਨਾਉਂਸ ਸੀ ਕਰਦੀ, ਕਦੇ ਬਠਿੰਡਾ ਸੋਚਦੇ ਸੀ, ਕਦੇ ਖਡੂਰ ਸਾਹਿਬ, ਕਦੇ ਫਿਰੋਜ਼ਪੁਰ। ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ, ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ, ਬਠਿੰਡੇ ਨੂੰ ਹਾਰ ਲੈਣ। ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ। ਪਰ ਜ਼ਮਾਨਤ ਜ਼ਬਤ ਜਿੱਤ ਹਾਰ ਵਾਲੀ ਗੱਲ ਤਾਂ ਦੂਰ, ਅਕਾਲੀ ਦਲ ਦੀ 13-13 'ਤੇ ਜ਼ਮਾਨਤ ਜ਼ਬਤ ਹੋਣੀ ਹੈ। ਪਹਿਲੀ ਸਰਕਾਰ ਹੈ ਜਿਹਨੇ 2 ਸਾਲ ਤੋਂ, ਕਿਉਂਕਿ ਇੱਥੇ ਬੜੀਆਂ ਸਰਕਾਰਾਂ ਰਹੀਆਂ, ਕਾਂਗਰਸ ਵੀ ਰਹੀ ਹੈ ਲਗਾਤਾਰ 10 ਸਾਲ, ਅਕਾਲੀ ਦਲ ਵੀ ਰਹਿ ਗਿਆ, ਉਦੋਂ ਪਹਿਲਾਂ ਫਿਰ ਕਾਂਗਰਸ ਸੀ, ਕਿਸੇ ਸਰਕਾਰ ਨੇ ਜਿਹੜੇ ਲੋਕਾਂ ਨਾਲ ਕੀਤੇ ਵਾਅਦੇ ਸੀ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ 5% ਵਾਅਦੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਪੂਰੇ ਨਹੀਂ ਕੀਤੇ ਹੋਣੇ। ਇਹ ਪਹਿਲੀ ਸਰਕਾਰ ਹੈ ਜਿਹਨੇ ਇਕੱਲੇ ਵਾਅਦੇ ਨਹੀਂ ਪੂਰੇ ਕੀਤੇ, ਬਿਨਾਂ ਵਾਅਦਿਆਂ ਤੋਂ ਵੀ ਸੈਂਕੜੇ ਕੰਮ ਪਿਛਲੇ 2 ਸਾਲਾਂ 'ਚ ਪੰਜਾਬ 'ਚ ਕਰਤੇ। ਚਲੋ 600 ਯੂਨਿਟ ਬਿਜਲੀ ਵਾਲਾ ਤਾਂ ਵਾਅਦਾ ਕੀਤਾ ਸੀ, ਪਰ ਜਿਹੜੀ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ, ਨਹਿਰੀ ਪਾਣੀ ਦਿੱਤਾ ਹੈਗਾ, ਇਹ ਤਾਂ ਸੂਬਾ ਸਰਕਾਰ ਨੇ ਵਾਅਦਾ ਵੀ ਨਹੀਂ ਕੀਤਾ। ਸੈਂਕੜੇ ਇੱਦਾਂ ਦੇ ਕੰਮ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕਰਤਾ, ਅਤੇ ਉਹਦੇ ਵਿੱਚੋਂ ਮਾਨ ਸਾਹਿਬ 1-2 ਪ੍ਰੈਕਟੀਕਲ ਉਦਾਹਰਨਾਂ ਜਿਹੜੀਆਂ ਪਿਛਲੇ ਦਿਨਾਂ ਜਦੋਂ ਤੋਂ ਮੈਂ ਕੰਪੇਨ 'ਚ ਲੱਗਿਆ ਹੋਇਆ ਮੈਨੂੰ ਆਪ ਨੂੰ ਦੇਖਣ ਨੂੰ ਮਿਲੀਆਂ। ਇੱਕ ਤਾਂ ਜਿਹੜੀਆਂ SSF ਵਾਲੀਆਂ ਗੱਡੀਆਂ, ਇਹ ਕੋਈ ਚੋਣ ਮੈਨੀਫੈਸਟੋ ਦਾ ਵਾਅਦਾ ਨਹੀਂ ਸੀ, ਕਿਸੇ ਸਟੇਜ ਤੋਂ ਸਾਡੇ ਲੀਡਰ ਨੇ ਐਲਾਨ ਨਹੀਂ ਕੀਤਾ, ਵਾਅਦਾ ਨਹੀਂ ਕੀਤਾ, ਪਰ ਇਹ ਗੱਡੀਆਂ ਦੀ ਅੱਜ ਪੰਜਾਬ 'ਚ ਸ਼ੁਰੂਆਤ ਕੀਤੀ ਗਈ। ਮਾਨ ਸਾਹਿਬ ਮੈਂ ਪਿਛਲੇ ਦਿਨੀ ਕਿਸੇ ਪ੍ਰੋਗਰਾਮ 'ਤੇ ਗਿਆ ਅਤੇ ਉੱਥੇ ਮੈਨੂੰ ਇੱਕ ਮਾਤਾ ਜੀ ਮਿਲੇ ਅਤੇ ਮੈਨੂੰ ਕਹਿੰਦੇ ਜੀ ਮੇਰਾ ਧੰਨਵਾਦ ਕਰਿਓ ਮੁੱਖ ਮੰਤਰੀ ਸਾਹਿਬ ਵੱਲੋਂ, ਮੇਰੇ 4 ਕੁੜੀਆਂ ਅਤੇ 1 ਪੁੱਤ। ਉਹਦਾ ਕਹਿੰਦੇ ਐਕਸੀਡੈਂਟ ਹੋ ਗਿਆ ਅਤੇ ਉਹਨੂੰ ਗੱਡੀ ਚੱਕ ਕੇ ਪਹਿਲਾਂ ਬਰਨਾਲੇ ਵਾਲੇ ਹੋਸਪਿਟਲ ਲੈ ਕੇ ਗਈ, ਉੱਥੋਂ ਡਾਕਟਰਾਂ ਨੇ ਕਹਿ ਤਾ ਵੀ ਇੱਥੇ ਇਲਾਜ ਨਹੀਂ ਹੋ ਸਕਦਾ, ਇਹਨੂੰ ਪਟਿਆਲੇ ਲੈ ਕੇ ਜਾਓ। ਉਹੀ ਫਿਰ ਗੱਡੀ ਉਹਨਾਂ ਟਾਈਮ ਵੇਟ ਕੀਤੀ, ਉਹਨੂੰ ਪਟਿਆਲੇ ਲੈ ਕੇ ਗਏ ਅਤੇ ਉੱਥੇ ਜਾ ਕੇ ਉਹ ਬੱਚੇ ਦੀ ਜਾਨ ਬਚੀ, ਅਤੇ ਡਾਕਟਰ ਕਹਿੰਦਾ ਵੀ ਜੇ 15-20 ਮਿੰਟ ਵੀ ਲੇਟ ਹੋ ਜਾਂਦੇ ਤਾਂ ਬੱਚਾ ਬਚ ਨਹੀਂ ਸਕਦਾ। ਜੇ SSF ਵਾਲੀਆਂ ਗੱਡੀਆਂ ਨਾ ਹੁੰਦੀਆਂ ਤਾਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋ ਜਾਂਦੇ ਸੀ ਅਤੇ ਰਸਤੇ 'ਚ ਕੋਈ ਰੁਕਦਾ ਹੀ ਨਹੀਂ ਸੀ ਵੀ ਆਪਾਂ ਕਾਹਨੂੰ ਫਸਣਾ, ਅਤੇ ਕਿੰਨੀਆਂ ਜਾਨਾਂ, ਕਿੰਨੇ ਪੰਜਾਬ ਦੇ ਪੁੱਤ ਜਿਹੜੇ ਇਸ ਤਰ੍ਹਾਂ ਚਲੇ ਜਾਂਦੇ ਸੀ ਘਰਾਂ ਦੇ ਚਿਰਾਗ। ਇਹ ਗੱਡੀਆਂ ਦੀ ਇੰਪੋਰਟੈਂਸ ਮੈਨੂੰ ਨਹੀਂ ਪਤਾ, ਜਿੰਨੇ ਤੁਸੀਂ ਬੈਠੇ ਹੋ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ, ਪਰਮਾਤਮਾ ਕਰੇ ਪਤਾ ਵੀ ਨਾ ਲੱਗੇ, ਪਰ ਉਹ 4 ਭੈਣਾਂ ਨੂੰ ਪਤਾ ਜਿਨ੍ਹਾਂ ਦਾ ਇਕੱਲਾ ਭਰਾ ਬਚਿਆ, ਉਹ ਮਾਂ ਨੂੰ ਪਤਾ ਜਿਹਦਾ ਪੁੱਤ ਬਚਿਆ, ਅਤੇ ਕਿੰਨੇ ਇੱਦਾਂ ਦੇ ਪਿਤਾ ਬਚ ਰਹੇ ਆ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ। ਸੋ ਮੈਨੂੰ ਲੱਗਦਾ ਕਿ ਜਿਹੜਾ ਕੰਮ ਹੈ ਬਹੁਤ ਵੱਡਾ ਪੁੰਨ ਦਾ ਕੰਮ ਪਿਛਲੇ 2 ਸਾਲਾਂ 'ਚ ਜਿਹੜਾ ਜਿੰਨੇ ਫੈਸਲੇ ਲਏ ਗਏ, ਮੈਨੂੰ ਸਭ ਲੱਗਦਾ ਕਿ ਸਭ ਤੋਂ ਵੱਡਾ ਫੈਸਲਾ ਇਹ ਹੈ।
ਤੇ 3 ਮਹੀਨਿਆਂ 'ਚ ਮੈਂ ਹੁਣ ਅਖਬਾਰ ਵੀ ਪੜ੍ਹ ਰਿਹਾ ਸੀ 5800 ਜਾਨਾਂ ਪਿਛਲੇ 3 ਮਹੀਨਿਆਂ 'ਚ SSF ਵਾਲੀਆਂ ਗੱਡੀਆਂ ਨੇ ਬਚਾਈਆਂ। ਸੋ ਇਹਦੇ ਲਈ ਸਾਰੇ ਪੰਜਾਬ ਦੇ ਲੋਕ ਤੁਹਾਡੇ ਧੰਨਵਾਦੀ ਹੈ। ਅਤੇ ਦੂਜਾ ਮਾਨ ਸਾਹਿਬ, ਜਿਹੜੀਆਂ ਨੌਕਰੀਆਂ ਦਿੱਤੀਆਂ ਨੇ, ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ, ਸਾਡੇ ਉੱਥੇ ਅੜੀਸਰ ਗੁਰੂ ਘਰ ਹੈ। ਮੈਂ ਜਦੋਂ ਵੀ ਕੰਪੇਨ ਦੀ ਸ਼ੁਰੂਆਤ ਕਰਦਾ ਮੈਂ ਉੱਥੇ ਮੱਥਾ ਟੇਕਣ ਜਾਂਦਾ। ਮੈਂ ਇਸ ਵਾਰ ਵੀ ਮੱਥਾ ਟੇਕਣ ਗਿਆ ਤਾਂ ਮੈਨੂੰ ਬਾਹਰ ਬਾਬਾ ਜੀ ਨੇ ਸਰੋਪਾ ਦੇ ਤਾ, ਅਤੇ ਉਸ ਤੋਂ ਬਾਅਦ ਮੈਂ ਅੰਦਰ ਦਰਬਾਰ ਸਾਹਿਬ ਚਲਾ ਗਿਆ। ਉੱਥੇ ਜਿਹੜੇ ਹੈੱਡ ਗ੍ਰੰਥੀ ਹੈ, ਤੁਹਾਡੇ 'ਚੋਂ ਵੀ ਬਹੁਤ ਅੜੀ ਸਾਹਿਬ ਜਾਂਦੇ ਹੋਣਗੇ ਹੰਡਿਆਏ, ਉਹ ਕਹਿੰਦੇ ਮੈਂ ਵੀ ਸਰੋਪਾ ਦੇਣਾ। ਮੈਂ ਕਿਹਾ ਬਾਬਾ ਜੀ ਬਾਹਰ ਵੱਡੇ ਬਾਬਾ ਜੀ ਨੇ ਦੇ ਤਾ, ਕੋਈ ਨਹੀਂ ਤੁਸੀਂ ਰਹਿਣ ਦਿਉ। ਉਹ ਕਹਿੰਦੇ ਸਰੋਪਾ ਮੇਰਾ ਮੁੱਖ ਮੰਤਰੀ ਸਾਹਿਬ ਦੇ ਲਈ ਹੈ, ਮੇਰੇ ਵੱਲੋਂ ਕਹਿੰਦੇ ਜਾ ਕੇ ਧੰਨਵਾਦ ਕਰਿਓ। ਮੇਰਾ ਮੁੰਡਾ ਕਿੰਨੀਆਂ ਸਰਕਾਰਾਂ ਲੰਘੀਆਂ ਭਰਤੀ ਦੇਖਦਾ ਸੀ। ਅਸੀਂ ਗਰੀਬ ਪਰਿਵਾਰ ਹੈ, ਕਦੇ 10 ਲੱਖ ਮੰਗ ਲੈਂਦੇ ਸੀ, ਕਦੇ 20 ਲੱਖ ਮੰਗ ਲੈਂਦੇ ਸੀ। ਇਹ ਕੀ ਕਹਿੰਦੇ ਉਹ ਭਰਤੀ ਹੋ ਕੇ ਆ ਗਿਆ, ਘਰੇ ਡੱਬਾ ਲੈ ਕੇ ਆਇਆ, ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੇਰਾ ਮੁੰਡਾ ਕਦੋਂ ਪੁਲਿਸ 'ਚ ਭਰਤੀ ਹੋ ਗਿਆ। ਇੱਦਾਂ ਦੀਆਂ ਪ੍ਰੈਕਟੀਕਲ ਉਦਾਹਰਨਾਂ ਹਜ਼ਾਰਾਂ 'ਚ ਪੰਜਾਬ 'ਚੋਂ ਮਿਲ ਰਹੀਆਂ ਨੇ। ਅਤੇ ਅੱਗੇ ਹੁਣ ਅਸੀਂ ਪਿੰਡ 'ਚ ਜਾਂਦੇ ਨਾ ਮਾਨ ਸਾਹਿਬ, ਪੁੱਛਦੇ ਹਾਂ ਵੀ ਤੁਹਾਡੇ ਪਿੰਡ 'ਚੋਂ ਨੌਕਰੀਆਂ ਕਿੰਨੀਆਂ ਮਿਲਦੀਆਂ। ਉਹ ਕਹਿੰਦੇ ਆ ਜੀ, ਕੋਈ ਕਹਿੰਦਾ 10 ਮਿਲੀ ਆ, ਕੋਈ ਕਹਿੰਦਾ 5। ਆ ਬਨਾਰਸੀ ਪਿੰਡ MLA ਸਾਹਿਬ ਦੇ ਹਲਕੇ 'ਚ ਗਿਆ 56। ਅਸੀਂ ਸੱਥ 'ਚ ਖੜ ਕੇ ਚੈਲੇਂਜ ਕਰਦੇ ਹਾਂ ਵੀ ਜਿੰਨੇ ਧੀਆਂ ਪੁੱਤਾਂ ਨੂੰ ਤੁਹਾਡੇ ਪਿੰਡ 'ਚ ਨੌਕਰੀ ਮਿਲੀ ਹੈ, ਅਸੀਂ ਤਾਂ ਜਾਣਦੇ ਨਹੀਂ ਕਿਸੇ ਨੂੰ, ਤੁਸੀਂ ਉਹਨਾਂ ਨੂੰ ਚਾਹੇ ਸੱਥ 'ਚ ਬੁਲਾ ਕੇ ਪੁੱਛ ਲਓ, ਚਾਹੇ ਘਰੇ ਜਾ ਕੇ ਪੁੱਛ ਲਓ ਵੀ ਕਿਸੇ ਨੂੰ ਪੈਸਾ ਦੇਣਾ ਪਿਆ, ਕਿਸੇ ਨੂੰ ਸਿਫਾਰਿਸ਼ ਲਵਾਉਣੀ ਪਈ ਨਹੀਂ। ਪਹਿਲਾਂ ਵਾਲੀਆਂ ਸਰਕਾਰਾਂ 'ਚ DSP ਕੌਣ ਲੱਗਦੇ ਸੀ? ਰਵਨੀਤ ਬਿੱਟੂ ਦਾ ਭਰਾ। ਥਾਣੇਦਾਰ ਕੌਣ ਲੱਗਦੇ ਸੀ? ਪ੍ਰਤਾਪ ਬਾਜਵੇ ਦਾ ਭਤੀਜਾ, ਕਾਂਗੜ ਦਾ ਜਵਾਈ। ਇਹ ਪਹਿਲੀ ਸਰਕਾਰ ਹੈ ਭਰਾ ਮੇਰਿਓ ਜਿਹਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਥਾਣੇਦਾਰ ਲਾਇਆ, DSP ਲਾਇਆ, ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ। ਸੋ ਸੰਗਰੂਰ ਵਾਲਿਓ, ਸੋ ਸੰਗਰੂਰ ਵਾਲਿਓ, ਸਾਰਿਆਂ ਨੇ ਤਕੜੇ ਹੋ ਕੇ ਇਹ ਲੜਾਈ ਲੜਨੀ ਹੈ। ਅਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੋ ਪਿਛਲੇ 2 ਸਾਲਾਂ ਸਰਕਾਰ ਨੇ ਕੰਮ ਕੀਤੇ ਹੈ, ਮੁੱਖ ਮੰਤਰੀ ਸਾਹਿਬ ਦਾ ਹੌਸਲਾ ਵਧਾਉਣ ਲਈ, ਸਰਕਾਰ ਦਾ ਹੌਸਲਾ ਵਧਾਉਣ ਲਈ ਤਕੜੇ ਹੋ ਕੇ ਜਿਹੜੇ ਸਾਥ ਹੈ ਸਾਰੇ ਤੁਸੀਂ ਦਿਓ। ਅਤੇ ਮੈਂ ਤੁਹਾਨੂੰ ਤਾਂ ਅਪੀਲ ਕਰਨੀ ਕਰਨੀ ਹੈ, ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ, ਕਿਉਂਕਿ ਭਰਾਵੋ ਤੁਸੀਂ ਸਾਰੇ ਸੰਗਰੂਰ ਦੇ ਹੋ, ਅਤੇ ਸੰਗਰੂਰੀਆ ਤੁਹਾਡਾ ਭਰਾ ਇਲੈਕਸ਼ਨ ਲੜ ਰਿਹਾ ਹੈ। ਆ ਤੁਹਾਡਾ ਉਮੀਦਵਾਰ ਵੀ ਅਤੇ ਦੂਜੇ ਜਿੰਨੇ ਉਮੀਦਵਾਰ ਹੈ ਸਾਰੇ ਬਾਹਰੋਂ ਆਇਆ। ਅਸੀਂ ਇਲਾਕੇ ਦੀ ਤਰੱਕੀ ਕਰਾਉਣੀ ਆ, ਮੈਂ ਤੁਹਾਡਾ ਆਪਣਾ, ਮੇਰਾ ਪਿੰਡ ਸੰਗਰੂਰ 'ਚ, ਮੇਰਾ ਘਰ ਸੰਗਰੂਰ ਲੋਕ ਸਭਾ ਦੇ ਵਿੱਚ ਹੈ, ਮੇਰਾ ਕਾਂਗਰਸੀ ਭਰਾ ਵੀ ਸਾਥ ਦੇਣ, ਅਤੇ ਮੈਂ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ। ਇਹ ਅਕਾਲੀ ਦਲ ਪਾਰਟੀ ਦਾ ਤੁਹਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਠਾ ਬਿਠਾਤਾ, ਤੁਹਾਡਾ ਕੋਈ ਦੋਸ਼ ਨਹੀਂ। ਤੁਸੀਂ ਤਾਂ ਜਿਹੜੀ ਸ਼ਹੀਦਾਂ ਦੀ ਪਾਰਟੀ ਸੀ ਉਹਦੇ 'ਚ ਕੰਮ ਕੀਤਾ। ਪਰ ਮੈਂ ਤੁਹਾਨੂੰ ਅੱਜ ਬੇਨਤੀ ਕਰਦਾ, ਇਹਦੇ ਨਾਲ ਭਾਈ ਜੇ ਅਕਾਲੀ ਦਲ ਦੀ ਜ਼ਮਾਨਤ ਜ਼ਬਤ ਹੋਊਗੀ, ਥੋੜ੍ਹੀ ਬਹੁਤੀ ਅਗਰ ਸੁਖਬੀਰ ਸਿੰਘ ਬਾਦਲ ਨੂੰ ਵੀ ਆਊਗੀ, ਪਰ ਵੈਸੇ ਉਹਨੂੰ ਆਉਂਦੀ ਦੀਦੀ ਨਹੀਂ। ਜੇ ਆਉਂਦੀ ਹੁੰਦੀ ਤਾਂ ਇਹ ਲੱਗਦਾ ਸੀ 2017 'ਚ ਵੀ ਅਕਾਲੀ ਦਲ ਬਹੁਤ ਥੱਲੇ ਚਲਾ ਗਿਆ, 14 ਸੀਟਾਂ ਰਹਿ ਗਈਆਂ। ਉਦੋਂ ਬਾਅਦ 2019 'ਚ 2 ਰਹਿ ਗਈ MP, ਅਤੇ 2022 'ਚ ਲੱਗਦਾ ਸੀ ਵੀ ਸ਼ਾਇਦ ਹੁਣ ਮਾੜਾ ਮੋਟਾ ਰਿਵਾਈਵ ਕਰ ਜੇ, 3 ਰਹਿ ਗਈਆਂ। ਅਤੇ ਐਤਕੀ ਮੈਨੂੰ ਲੱਗਦਾ ਆ 2024 'ਚ 1 ਵੀ ਨਹੀਂ ਆਉਂਦੀ, ਕਿਉਂਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ,
ਇਹ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਇਸੇ ਕਰਕੇ ਜਿੱਤਿਆ ਹੋਇਆ ਐਮਪੀ ਹੋਵੇ ਪਾਰਟੀ ਪ੍ਰਧਾਨ ਹੋਵੇ ਤੇ ਇਲੈਕਸ਼ਨ ਲੜਨ ਤੋਂ ਜਵਾਬ ਦੇ ਜੇ ਉਹਨੂੰ ਪਤਾ ਤੇ ਬੀਬਾ ਨੂੰ ਵੀ ਪਤਾ ਇਸੇ ਕਰਕੇ ਡਰਦੀ ਟਿਕਟ ਅਨਾਉਂਸ ਕਰਦੀ ਕਦੇ ਬਠਿੰਡਾ ਸੋਚਦੇ ਸੀ ਕਦੇ ਖਡੂਰ ਸਾਹਿਬ ਕਦੇ ਫਿਰੋਜ਼ਪੁਰ ਪਰ ਮੈਂ ਫਿਰ ਵੀ ਸਮਝਦਾ ਕਿ ਚੰਗਾ ਫੈਸਲਾ ਲਿਆ ਕਿਉਂਕਿ ਜਦੋਂ ਹਾਰਨਾ ਹੀ ਆ ਫਿਰ ਘਰੋਂ ਦੂਰ ਜਾ ਕੇ ਕਾਹਨੂੰ ਹਾਰਨਾ ਬਠਿੰਡੇ ਨੂੰ ਹਾਰ ਲੈਣ ਸੋ ਬਹੁਤ ਵਧੀਆ ਫੈਸਲਾ ਬੀਬਾ ਜੀ ਦਾ ਪਰ ਜਮਾਨਤ ਜ਼ਬਤ ਜਿੱਤ ਹਾਰ ਵਾਲੀ ਗੱਲ ਤਾਂ ਦੂਰ ਅਕਾਲੀ ਦਲ ਦੀ 13-13 ਤੇ ਜਮਾਨਤ ਜ਼ਬਤ ਹੋਣੀ ਹੈ ਸੋ ਮੈਂ ਅਕਾਲੀ ਦਲ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਮੈਂ ਤਾਂ ਢੀਂਡਸਾ ਸਾਹਿਬ ਨੂੰ ਵੀ ਕਹਿਣਾ ਕਿਉਂਕਿ ਉਹਨਾਂ ਦੇ ਨਾਲ ਵੀ ਬੜੀ ਜਾਤੀ ਮੈਂ ਸਮਝਦਾ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਆ ਉਹ ਕ੍ਰੈਡੀਬਿਲਟੀ ਪਹਿਲਾਂ ਹੀ 0 ਸੀ ਹੁਣ ਤਾਂ ਹੋਰ ਵੀ ਮਾਈਨਸ 'ਚ ਚਲੀ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਈ ਮੈਂ ਤੁਹਾਡਾ ਸੰਗਰੂਰੀ ਆ ਭਰਾ ਸਾਥ ਦਿਓ ਤੇ ਆਪਾਂ ਸੰਗਰੂਰ ਦੀ ਇਲਾਕੇ ਦੀ ਮਾਨ ਸਾਹਿਬ ਦੀ ਅਗਵਾਈ 'ਚ ਜਿਹੜੀ ਡਿਵੈਲਪਮੈਂਟ ਕਰਨੀ ਹੈ ਪਹਿਲਾਂ ਪੰਜਾਬ ਵਾਲੇ ਫੰਡ ਤਾਂ ਆਉਂਦੇ ਹੀ ਆਉਂਦੇ ਆ ਕੇਂਦਰ ਵਾਲੇ ਵੀ ਲੈ ਕੇ ਆਉਣੇ ਆ ਕਿਉਂਕਿ ਆਪਾਂ ਕੇਂਦਰ 'ਚ ਐਤਕੀ ਹਿੱਸਾ ਮੰਗਣ ਵਾਲੇ ਨਹੀਂ ਅਲਾਇੰਸ ਦਾ ਹਿੱਸਾ ਬਣਨਾ ਐਤਕੀ ਆਪਾਂ ਹਿੱਸਾ ਦੇਣ ਵਾਲੇ ਬਣਨਾ ਕੇਂਦਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ